ਭਾਈ ਤੁਸੀਂ ਕਰਨਵੀਰ ਤੇ ਕੀ ਲੱਗਦੇ ਹੋ ਕੀ ਲੱਗਦਾ ਤੁਹਾਨੂੰ ਮੈਂ ਜੀ ਚਾਚਾ ਆ ਕਰਨਵੀਰ ਦਾ ਕੀ ਲੱਗਦਾ ਉਸ ਨੂੰ ਦੇਖ ਕੇ ਸਰ ਸਾਨੂੰ ਤਾਂ ਲੱਗਦਾ ਵੀ ਜਿਸ ਤਰ੍ਹਾਂ ਮੋਟਰਸਾਈਕਲ ਉੱਥੇ ਬਹੁਤ ਦੇ ਵਿੱਚ ਛੁੱਟਿਆ ਗਿਆ ਹੋਵੇ ਕਿਉਂਕਿ ਐਕਸੀਡੈਂਟ ਕਿਸੇ ਜਗ੍ਹਾ 'ਤੇ ਇਹਦਾ ਮੋਟਰਸਾਈਕਲ ਕਿਤੇ ਪਿਆ ਨੰਬਰ ਪਲੇਟ ਪਿੱਛੇ ਟੁੱਟ ਕੇ ਪਈ ਆ ਅਤੇ ਸੱਟ ਵੀ ਉਹਦੇ ਸਿਰ 'ਚ ਵੱਜੀ ਦੀ ਆ ਇੱਕ ਬਾਂਹ ਟੁੱਟੀ ਦੀ ਆ ਬਾਂਹ 'ਤੇ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਜਿੱਦਾਂ ਕੋਈ ਚੀਜ਼ ਮਾਰੀ ਗਈ ਇਸ ਕਰਕੇ ਸਰ ਸਾਨੂੰ ਤਾਂ ਲੱਗਦਾ ਵੀ ਜਿੱਦਾਂ ਹੁਣ ਮੱਡ ਰਹੀ ਹੈਗਾ ਚਲੋ ਬਾਕੀ ਪੁਲਿਸ ਆਪਣੀ ਜਾਂਚ ਪੜਤਾਲ ਕਰ ਰਹੀ ਹੈ ਪਤਾ ਲੱਗ ਜਾਏਗਾ ਕੀ ਹੈ ਇਹ ਤਾਂ ਨਾ ਪਟੋਆ ਮੋੜ ਦੇ ਗਾਲੇ ਪਾਸੇ ਭੱਠਾ ਅਤੇ ਇੱਥੇ ਮੈਂ ਹੁਣ ਘਰੋਂ ਆਇਆ ਮੈਨੂੰ ਪਤਾ ਲੱਗਿਆ ਕਿ ਇਹ ਮੁੰਡਾ ਕਰਨ ਕਿਤੇ ਸ਼ਹਿਰੋਂ ਆ ਰਿਹਾ ਸੀ ਅਤੇ ਇੱਥੇ ਉਹਦਾ ਐਕਸੀਡੈਂਟ ਹੋ ਗਿਆ ਮੈਂ ਦੇਖਿਆ ਇੱਥੇ ਮੌਕੇ ਤੋਂ ਐਕਸਪਾਇਰ ਹੋ ਗਏ ਆ ਅਤੇ ਇਟਲੀ ਤੋਂ ਆਇਆ ਸੀ ਮੁੰਡਾ 21 ਸਾਲ ਦਾ ਮੁੰਡਾ ਸੀ ਉਹ ਮੈਂ ਮੌਜੂਦਾ ਸਰਪੰਚ ਹਾਂ ਭਰੀਦਪੁਰ ਦਾ ਨਾਂ ਮੁੰਡੇ ਦਾ ਕਰਨ ਹੈਗਾ ਅਤੇ ਉਹਦਾ ਨਾਂ ਸਰਵਨ ਸਿੰਘ ਰਾਮਗੜੀਏ ਮੁੰਡੇ ਆ ਇਟਲੀ ਤੋਂ ਆਇਆ ਮੁੰਡਾ ਹੁਣੇ ਥੋੜ੍ਹੀ ਦੇਰ ਪਹਿਲੇ ਆਇਆ ਮੇਰੇ ਖਿਆਲ ਨਾਲ ਕੋਈ 20-25 ਦਿਨ ਪਹਿਲੇ ਆਇਆ ਇਹ ਸਵੇਰੇ ਤੜਕੇ ਵਾਰਦਾਤ ਹੋਈ ਹੈ ਮੇਰੇ ਹਿਸਾਬ ਨਾਲ ਅਤੇ ਕੋਈ ਐਕਸੀਡੈਂਟ ਹੋਇਆ ਹੈ ਅਤੇ ਮੇਰੇ ਖਿਆਲ ਮੁੰਡਾ ਐਕਸਪਾਇਰ ਹੋ ਗਿਆ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਜਾਏਗਾ ਪੂਰੀ ਪੁਲਿਸ ਵੈਰੀਫਿਕੇਸ਼ਨ ਕਰ ਰਹੀ ਆ ਪਤਾ ਚੱਲ ਜਾਏਗਾ ਕੀ ਹੋਇਆ ਇਹ ਪੁਲਿਸ ਨੂੰ ਨੋਟੀਫਿਕੇਸ਼ਨ ਕਰੇਗੀ ਜਦ ਸਰ ਲਾਸ਼ ਲੈ ਗਏ ਹਾਂ ਲਾਸ਼ ਲੈ ਗਿਆ ਮੁੰਡੇ ਦਾ ਮੋਟਰਸਾਈਕਲ ਵੀ ਇੱਥੋਂ ਹੁਣੇ ਲੈ ਕੇ ਗਿਆ ਪੁਲਿਸ ਵਾਲੇ ਲਾਸ਼ ਕਿੱਥੇ ਖੜੀ ਆ ਮੇਰੇ ਹਿਸਾਬ ਨਾਲ ਸ਼ਾਇਦ ਸਿੰਘੋਵਾਲ ਤੋਂ ਗੁਰਦਾਸਪੁਰ ਰੈਫਰ ਕਰਤੀ ਹੋਣੀ ਹੈ।